ਹਾਂਜੀ ਕਿੱਦਾਂ ਸਾਰੇ ਤੇ ਸਾਰੇ ਸਸਰੀਕਾਲ ਜੀ ਵੀਡੀਓ ਸਾਰੇ ਪਾਸੇ ਪਚਾਇਓ ਤੁਹਾਨੂੰ ਦਿਖਾਉਣਾ ਜਿਹੜੇ ਕਹਿੰਦੇ ਰਾਹੁਲ ਗਾਂਧੀ ਦਾ ਕੋਈ ਕਸੂਰ ਨਹੀਂ ਇਹਦਾ ਚੰਗਾ ਆ ਜੀ ਇੰਦਰਾ ਦਾ ਕਸੂਰ ਸੀ ਰਜੀਵ ਦਾ ਕਸੂਰ ਸੀ ਤੁਹਾਨੂੰ ਦਿਖਾਉਣਾ ਬਾਈ ਜੀ ਉਹਨਾਂ ਦੇ ਪਰਿਵਾਰ ਚੋਂ ਹੀ ਆ ਉਹਨਾਂ ਦਾ ਖੂਨ ਆ ਸਿੱਖਾਂ ਦੀਆਂ ਵੋਟਾਂ ਲੈਣ ਲਈ ਸਿਰ ਤੇ ਦਸਤਾਰ ਤਾਂ ਸਜਾ ਲਈ ਪਰ ਕਰਤੂਤਾਂ ਉਹੀ ਆ ਜਿਹੜੀਆਂ ਗਾਂਧੀ ਪਰਿਵਾਰ ਦੀਆਂ ਸੀ ਤੁਹਾਨੂੰ ਦਿਖਾਉਣਾ ਇੱਕ ਆ ਪਛਾਣੇ ਹੀ ਲਿਆ ਹੋਣਾ ਜਿਨੇ ਚੋਣ ਚੋਣ ਕੇ ਸਿੱਖਾਂ ਦੇ ਗਲਾਂ 'ਚ ਟਾਇਰ ਪਵਾਏ ਸੀ ਅਜੇ ਵੀ ਇਹਨੂੰ ਪੂਰਾ ਮਾਣ ਸਨਮਾਨ ਦਿੰਦੇ ਆ ਇਹ ਤਾਂ ਕਹਿੰਦਾ ਕਾਂਗਰਸ ਦਾ ਹੱਥ ਹੀ ਨਹੀਂ ਸੀ 84 ਜੀ ਯਾਰ ਜਿਹਦੇ ਸਿਰ ਤੇ ਤੁਸੀਂ ਦਸਤਾਰਾਂ ਸਜਾ ਕੇ ਪੰਜਾਬ 'ਚ ਜਿਹੜੇ ਵੀ ਦੀ ਚਾਪ ਲੂਸੀ ਕਰਦੇ ਆ ਆ ਤੁਹਾਨੂੰ ਦਿਖਾਉਣਾ ਜਲਦੀ ਜਲਦੀ ਸ਼ੇਅਰ ਕਰ ਦਿਓ ਸਾਰੀਆਂ ਤਸਵੀਰਾਂ ਦੇਖਿਓ 84 ਜੀ ਨੇ ਕੀ ਕੀਤਾ ਸੀ ਬਾਈ ਜੀ ਸਿੱਧੀ ਪੰਜਾਬੀ ਚ ਗੱਲ ਦੱਸਾਂ ਤੁਹਾਨੂੰ ਇੱਕ ਦਿਖਾਉਣਾ ਤੁਹਾਨੂੰ ਤੇ ਹੋਰ ਵੀ ਪੰਜਾਬ ਚ ਚਾਪਲੂਸ ਉਹ ਵੀ ਦਿਖਾਉਣਾ ਬਾਲਾ ਹੀ ਮਾੜਾ ਹਾਲ ਤੇ ਦਿਖਾਉਂਗਾ ਜੀ ਇਕੱਲੇ ਦਿੱਲੀ ਚ ਨਹੀਂ ਸੀ ਮਾਰਿਆ ਗਿਆ ਸਿੱਖਾਂ ਨੂੰ ਸਾਰੇ ਭਾਰਤ ਦੇ ਸਿੱਖਾਂ ਨੂੰ ਮਾਰਿਆ ਸੀ ਇਨਾ ਕਿਨਾਂ ਨੇ ਮਾਰਿਆ ਸੀ ਸਾਰੀਆਂ ਤਸਵੀਰਾਂ ਧਿਆਨ ਨਾਲ ਦੇਖਿਓ ਤੇ ਤੁਹਾਨੂੰ ਦਿਖਾਉਨੇ ਆ ਬਾਈ ਜੀ ਇਹ ਪੂਰਾ ਮਾਨ ਸਨਮਾਨ ਦਿੰਦੇ ਆ ਇਸ ਜਗਦੀਸ਼ ਟਾਈਟਲਰ ਨੂੰ ਅਜੇ ਵੀ ਹਾਂਜੀ ਆ ਦੇਖ ਸਕਦੇ ਆ ਸੋ ਇਹਨ ਨਾਲ ਬਰਾਬਰ ਇਹਨਾਂ ਦੇ ਬੰਦਾ ਆ ਸੋ ਕੋਈ ਇਹਨਾਂ ਦੇ ਦਿਲ 'ਚ ਸਿੱਖਾਂ ਲਈ ਪਿਆਰ ਨਹੀਂ ਕੋਈ ਕੁਛ ਨਹੀਂ ਵੋਟਾਂ ਲਈ ਬਸ ਪੱਗ ਬਨ ਕੇ ਜੀ ਤੇ ਦੂਜੀ ਗੱਲ ਏ ਰਾਹੁਲ ਗਾਂਧੀ ਕਹਿੰਦਾ 84 ਚ ਕਾਰਨ ਦਾ ਹੱਥਾ ਹੀ ਨਹੀਂ ਸੀ ਹਾਂਜੀ ਸਹੀ ਸੁਣਿਆ ਤੁਸੀਂ ਜਿਹੜੇ ਵੀ ਇਹਦੇ ਚੇਲੇ ਚਾਪਟਿਆ ਕਿਤੇ ਉਹ ਵੀ ਮੈਨੂੰ ਇਹ ਮਾਫੀ ਮੰਗਦੇ ਲਿਆਉਣ ਦੇ ਵੀਡੀਓ ਦਿਖਾ ਦਿਓ ਪੀਨਾਂ ਨੇ 84 ਦੀ ਮਾਫੀ ਮੰਗੀ ਹੋਵੇ ਸਿੱਖ ਕਾ ਦੋ ਮੈਂ ਵੀ ਪੇਸ਼ ਕਰ ਦੂ ਲੋਕਾਂ ਨੂੰ ਦੱਸ ਦਊ ਇਹ ਕਹਿੰਦਾ ਕਾਂਗਰਸ ਨਾਟ ਇਨਵੋਲਡ ਇਨ 1984 ਐਂਟੀ ਸਿੱਖ ਰਾਈਟਸ ਦੰਗੇ ਕਿਹਾ ਜਾਂਦਾ ਦੰਗੇ ਨਹੀਂ ਸੀ ਕਤਲੇਆਮ ਸੀ ਸੇਸ ਰਾਹੁਲ ਗਾਂਧੀ ਰਾਹੁਲ ਗਾਂਧੀ ਕਹਿੰਦਾ 84 ਜੀ ਕਾਂਗਰਸ ਦਾ ਕੋਈ ਹੱਥਾ ਹੀ ਨਹੀਂ ਸੀ ਪਤਾ ਨਹੀਂ ਕਿਹੜੇ ਲੋਕ ਸਿੱਖਾਂ ਨੂੰ ਮਾਰ ਗਏ ਦੇਖ ਲਓ ਬਾਈ ਜੀ ਇਹ ਨਹੀਂ ਮਾਫੀ ਕੀ ਮੰਗਣੀ ਇੱਕ ਆਪਣਾ ਆਪਣਾ ਜੱਜ ਹੋਇਆ ਜੀ ਆਪਣੇ ਬਹੁਤ ਮਸ਼ਹੂਰ ਆ ਇਹਨਾਂ ਨੂੰ ਵੀ ਫੋਲੋ ਕਰਿਓ ਤਾਂ ਦੀ ਇਹ ਗੱਲਾਂ ਸੁਣ ਕੇ ਤੁਹਾਡਾ ਜੀਵਨ ਦਾ ਨਜ਼ਰੀਆ ਹੀ ਚੇਂਜ ਹੋ ਜਾਣਾ ਤੋ ਇਹਨੇ ਵੀ ਕਟਾਕਸ਼ ਕਰਦੇ ਹੁੰਦੇ ਆਏ ਹੈ ਹਨਾ ਇਹਨੇ ਵੀ ਕਿਹਾ ਸੀ ਵੀ ਜੇ ਰਾਹੁਲ ਗਾਂਧੀ ਕਹਿੰਦਾ ਵੀ ਕਾਂਗਰਸ ਦਾ ਹੱਥ ਹੀ ਨਹੀਂ ਸੀ ਵੀ ਮਨਮੋਹਨ ਸਿੰਘ ਨੇ ਕਹਤੇ ਮਾਫੀ ਮੰਗੀ ਸੀ ਹਨਾ ਸੋ ਦੇਖ ਸਕਦੇ ਆ ਇਹਨਾਂ ਦਾ ਨਾਮ ਮਾਰਕੰਡੇ ਸਭ ਨੂੰ ਪਤਾ ਆ ਰਾਹੁਲ ਗਾਂਧੀ ਦੇਖ ਲਓ ਬਾਈ ਜੀ ਜਿਹੜਾ ਪੰਜਾਬ ਤੁਰਿਆ ਫਿਰਦਾ ਕਹਿੰਦਾ 84 ਚ ਹੱਥੇ ਹੀ ਨਹੀਂ ਸੀ ਕਾਂਗਰਸ ਦਾ ਕੋਈ ਵੀ ਫਿਰ ਮਨਮੋਹਨ ਸਿੰਘ ਨੇ ਕਾਦੀ ਮਾਫੀ ਮੰਗੀ ਸੀ ਮਨਮੋਹਨ ਸਿੰਘ ਨੇ ਮਾਫੀ ਮੰਗੀ ਸੀ ਇਹਨਾਂ ਦੇ ਪਰਿਵਾਰ ਚੋਂ ਜੇ ਕਿਸੇ ਨੇ ਵੀ ਮੰਗੀ ਹੋਵੇ ਬਾਈ ਜੀ ਮੈਨੂੰ ਦਿਖਾ ਦਿਓ ਸੋ ਸਿੱਧੀ ਪੰਜਾਬੀ ਚ ਗੱਲ ਆ ਕੁੱਤੇ ਦੇ ਸ਼ੇਰ ਦੀ ਖੱਲ ਪਾ ਕੇ ਉਹਨੇ ਸ਼ੇਰ ਨਹੀਂ ਬਣ ਜਾਣਾ ਕੁੱਤੇ ਨੇ ਕੁੱਤਾ ਹੀ ਰਹਿਣਾ ਆ ਸਿੱਧੀ ਗੱਲ ਆ ਸੋ ਆ ਦੇਖ ਸਕਦੇ ਆ ਕੁੱਤਾ ਆ ਭਾਵੇਂ ਦੀ ਸ਼ੇਰ ਦੀ ਖੱਲ ਥੋੜਾ ਥੋੜਾ ਹੀ ਸ਼ੇਰ ਤੁਹਾਨੂੰ ਫੀਲ ਹੋ ਰਿਹਾ ਆ ਸੋਈ ਹਿਸਾਬ ਹੀ ਲੰਦਾ ਆ ਯਾਨੀ ਉਹੀ ਰਹਿਣਾ ਆ ਸਿੱਧੀ ਗੱਲ ਆ ਤੁਸੀਂ ਸਮਝ ਗਏ ਪੰਜਾਬੀ ਚ ਜਿਆਦਾ ਦੂਰ ਜਾਣ ਦੀ ਗੱਲ ਹੈ ਨਹੀਂਗੀ ਤੇ ਹੋਰ ਦਿਖਾਉਣਾ ਬਾਈ ਜੀ ਇਹਨਾਂ ਜਿਹੜਾ ਜਿਨੇ ਜਿਨੇ ਸਿੱਖ ਮਾਰੇ ਸੀ ਉਹਨਾਂ ਨੂੰ ਇਹਨਾਂ ਨੇ ਕੀ ਕੀ ਉਪਾਦੀਆਂ ਦਿੱਤੀਆਂ ਉਹ ਤੁਹਾਨੂੰ ਦਿਖਾਉਣਾ ਬਾਈ ਜੀ ਤੇ ਦੇਖ ਸਕਦੇ ਆ ਸੋ ਇੱਕ ਇਹਨਾਂ ਦਾ ਹੋਇਆ ਕਮਲਨਾਥ ਸਪੈਸ਼ਲ ਧਾਰਮਿਕ ਸਥਾਨ ਤੇ ਗਿਆ ਸੀ ਦਿੱਲੀ ਸਿੱਖਾਂ ਦੇ ਧਾਰਮਿਕ ਸਥਾਨ ਤੇ ਉੱਥੇ ਜਾ ਕੇ ਇਸਨੇ ਕਤਲੇਆਮ ਕੀਤਾ ਸੀ ਇਹਨੂੰ ਇੰਦਰਾ ਗਾਂਧੀ ਆਪਣਾ ਤੀਜਾ ਮੁੰਡਾ ਕਹਿੰਦੀ ਸੀ ਥਰਡ ਸਨ ਆਫ ਇੰਦਰਾ ਗਾਂਧੀ ਨੌਰ ਟਾਈਮ ਦਾ ਐਮਪੀ ਸਪੈਸ਼ਲ ਮੱਧ ਪ੍ਰਦੇਸ਼ ਤੋਂ ਸ਼ਿੰਦਵਾੜਾ ਇਲਾਕਾ ਕਿਹੜਾ ਆ ਇੱਥੇ ਕੋਹਣਾ ਲਿਖਿਆ ਜਾਂਦਾ ਉਸ ਇਲਾਕੇ ਤੋਂ ਸਪੈਸ਼ਲ ਦਿੱਲੀ ਗਿਆ ਸੀ ਤੇ ਚੁਣ-ਚੁਣ ਕੇ ਸਿੱਖ ਮਾਰੇ ਸੀ ਨੇ ਤੇ ਬਾਅਦ ਚ ਜਦੋਂ ਰਾਹੁਲ ਗਾਂਧੀ ਪ੍ਰਧਾਨ ਸੀ ਜੋ ਵੀ ਆ ਸਪੈਸ਼ਲੀ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਨੇ ਦੱਸੋ ਵੇ ਰਾਹੁਲ ਗਾਂਧੀ ਕਿੱਧਰੋਂ ਚੰਗਾ ਹੋ ਗਿਆ ਜਿਹਦੇ ਦਿਲ 'ਚ ਸਿੱਖਾਂ ਲਈ ਮਾੜਾ ਮੋਟਾ ਵੀ ਹੁੰਦਾ ਉਹਨੂੰ ਪਤਾ ਵੀ ਇਹ ਵੀ ਸਿੱਖਾਂ ਦਾ ਕਾਤਲ ਆ ਕਮਲਨਾਥ ਇਹਨੂੰ ਕਹਦੇ ਮੁੱਖ ਮੰਤਰੀ ਬਣਾਉਂਦੇ ਹੋਰ ਲੀਡਰ ਮੁੱਕ ਗਏ ਸੋ ਮੁੱਕ ਦੀ ਗੱਲ ਆ ਭਰਾਵੋ ਰਾਹੁਲ ਗਾਂਧੀ ਵੀ ਉਹਨਾਂ ਦੇ ਟੱਬਰ 'ਚ ਹੀ ਆ ਇਹਨਾਂ ਨੂੰ ਕੋਈ ਦੁੱਖ ਨਹੀਂ ਸਿੱਖਾਂ ਦਾ ਸਿੱਧੀ ਜੀ ਗੱਲ ਆ ਸੋ ਪੱਗ ਜੇ ਬੰਨ ਲਈਦਾ ਇਹ ਨਹੀਂ ਵੀ ਸਿੱਖਾਂ ਦਾ ਹੋ ਹੋ ਗਿਆ ਆ ਹੋਰ ਦਿਖਾਉਣਾ ਇਹਦੀ ਤਸਵੀਰ ਸੋ ਰਾਹੁਲ ਗਾਂਧੀ ਦਾ ਜਿਹੜਾ ਕੀ ਕਹਿੰਦੇ ਹੁੰਦੇ ਆ ਮੈਂਟਰ ਸੋ ਆਪਾਂ ਕਹਿ ਸਕਦੇ ਆ ਉਸਤਾਦ ਇਹ ਆ ਜੀ ਰਾਹੁਲ ਗਾਂਧੀ ਦਾ ਉਸਤਾਦ ਹਾਂਜੀ ਜੀਤੋਏ ਨੇ ਸਿੱਖੇ ਹੋਊਗੇ ਦਾਪੇ ਚ ਰਾਜਨੀਤੀ ਦੇ ਤੇ ਇਹ ਦੇਖ ਲਓ ਨਾਲ ਤੁਰਿਆ ਫਿਰਦਾ ਇਹ ਇਨਸਾਨ ਕਹਿੰਦਾ ਸੀਗਾ ਵੀ ਜੇ ਮਰ ਗਏ ਤਾਂ ਮਰ ਗਏ ਸਿੱਖ ਫਿਰ ਕੀ ਹੋਇਆ ਹਾਂਜੀ ਇਹਦੇ ਮੂੰਹੋਂ ਕਹੀ ਗਈ ਇਹ ਸ਼ਬਦਾਬਲੀ ਆ ਹੂਆ ਤਾਂ ਹੂਆ ਵੀ ਜੇ ਹੋ ਗਿਆ ਤਾਂ ਹੋ ਗਿਆ ਮਰ ਗਏ ਤਾਂ ਮਰ ਗਏ ਫਿਰ ਕੀ ਆ ਸੋ ਇੰਨੀ ਕਿਰਤ ਦਿੰਦੇ ਆ ਇਸ ਖਾਂ ਨੂੰ ਵੀ ਮਰ ਗਏ ਤਾਂ ਮਰ ਗਏ ਕੋਈ ਚੱਕਰੀ ਨਹੀਂ ਗਿਆ ਇਹਦਾ ਮੈਂ ਨਾਮ ਮੈਨੂੰ ਭੁੱਲ ਗਿਆ ਕੱਲ ਪਰਸ ਮੈਂ ਦਿਖਾ ਮੈਂ ਫੋਟੋ ਪਤਾ ਨਹੀਂ ਕਿੱਧਰ ਚਲ ਗਈ ਆਦੇ ਹੈਗਾ ਆ ਸਰਚ ਕਰ ਲਿਓ ਜੇ ਕਿਸ ਨੂੰ ਸ਼ੱਕ ਹੈ ਵੀ ਯਾਰ ਅੱਛਾ ਇਦਾਂ ਵੀ ਕਹਿ ਸਕਦਾ ਕੋਈ ਇਹ ਇਨਸਾਨ ਹੈ ਸੋ ਹੈਪਨਡ ਇਨ 1984 ਸੋ ਵਾਟ ਸੋ ਇਹ ਤਾਂ ਅੰਗਰੇਜ਼ੀ ਦੀ ਨਿਊਜ਼ ਆ ਜਿਹੜਾਈ ਨੇ ਕਿਹਾ ਆਪਣੇ ਮੂੰਹੋਂ ਹੂਆ ਤਾਂ ਹੂਆ ਹਿੰਦੀ ਚ ਕਿਹਾ ਹੂਆ ਤਾਂ ਹੂਆ ਹੈਨਾ ਸੋ ਇਹਦਾ ਨਾਮ ਹੈਗਾ ਸैम ਪਿਤਰੋਦਾ ਜੋ ਭਰ ਲਿਓ ਤੇ ਇਹਦੀ ਵੀਡੀਓ ਵੀ ਨਿਕਲ ਆਉਣੀ ਆ ਆਪਣੇ ਮੂੰਹੋਂ ਕਹਿੰਦੇ ਆ ਵੀ ਮਰ ਗਏ ਤਾਂ ਮਰ ਗਏ ਸੀ ਫਿਰ ਕੀ ਕਰ ਸਕਦੇ ਆ ਸੋ ਇੰਨਾ ਕੇ ਰਿਸਪੈਕਟ ਦਿੰਦੇ ਆ ਸਿੱਖਾਂ ਨੂੰ ਤੇ ਹੋਰ ਵੀ ਦਿਖਾਉਣਾ ਇਕੱਲੇ ਦਿੱਲੀ 'ਚ ਨਹੀਂ ਸਾਰੇ ਭਾਰਤ 'ਚ ਸਿੱਖਾਂ ਨੂੰ ਮਾਰਿਆ ਗਿਆ ਸੀਗਾ ਦਿਖਾਉਣੇ ਸਾਰਾ ਕੁਝ ਸੋ ਦੇਖ ਸਕਦੇ ਆ ਪਾਪੀ ਸਾਰੇ ਇਕੱਠੇ ਬੈਠੇ ਆ ਸੰਜੇ ਗਾਂਧੀ ਬੈਠਾ ਆ ਹਾਂਜੀ ਉਸ ਸਮੇਂ ਦੀ ਤਸਵੀਰ ਜਗਦੀਸ਼ ਟਾਈਟਲਰ ਬੈਠਾ ਹਨਾ ਸੱਜਣ ਕੁਮਾਰ ਕਮਲਨਾਥ ਮਾਕਨ ਹਰਜੰਦਾਸ ਸਾਰੇ ਦਿਖਾਉਣਾ ਇੱਕ ਹੋਰ ਸੀ ਬਾਈ ਜੀ ਤੋ ਨਾਂ ਵੀ ਲੱਭ ਕੇ ਲਿਆ ਪ੍ਰੋਪਰ ਲਿਸਟ ਲੱਭ ਕੇ ਲਿਆ ਹੂੰ ਸਾਰਿਆਂ ਦੀ ਸਾਨੂੰ 2-4 ਨਾਂ ਹੀ ਪਤਾ ਵੀ ਟਾਈਟਲਰ ਸੱਜਣ ਕੁਮਾਰ ਭਗਤ ਮਾਕਨ ਅਰਜੰਦਾਸ ਜੋ ਵੀ ਆ ਇੱਕ ਪਾਪੀ ਆ ਵੀ ਸੀ ਆ ਮਰਿਆ ਜਾ ਇਹਦਾ ਨਾਂ ਹੈਗਾ ਸਤਵੀਰ ਸਿੰਘ ਇਹ ਵੀ ਬਾਈ ਜੀ ਬੱਸਾਂ ਪਰ ਪਰ ਲੈ ਕੇ ਗਿਆ ਸੀਗਾ ਇਹ ਉਸ ਸਮੇਂ ਯੂਥ ਕਾਂਗਰਸ ਦਾ ਸੀਗਾ 84 ਚ ਸਤਵੀਰ ਸਿੰਘ ਜਿਹੜਾ ਸਿੰਘ ਆ ਉਹ ਪੰਜਾਬ ਵਾਲਾ ਨਹੀਂ ਸ਼ਾਇਦ ਹਰਿਆਣੇ ਵਾਲਾ ਹੋ ਸਕਦਾ ਆ ਸੋ ਇਹ ਸੀ ਸਤਵੀਰ ਸਿੰਘ ਇਸਨੇ ਵੀ ਬਹੁਤ ਸਿੱਖ ਮਾਰੇ ਸੀਗੇ ਇਹ ਉਸ ਸਮੇਂ ਯੂਥ ਕਾਂਗਰਸ ਦਾ ਸੀ ਸੋ ਉੱਥੇ ਇਹ ਸੀਗਾ ਵੀ ਜਿਹੜਾ ਜ਼ਿਆਦਾ ਸਿੱਖ ਮਾਰੂਗਾ ਉਹਨੂੰ ਉੱਡੀ ਵੱਡੀ ਉਪਾਦੀ ਕਾਂਗਰਸ ਚ ਮਿਲੂ ਉੱਡੀ ਵੱਡੀ ਕੁਰਸੀ ਮਿਲੂਗੀ ਇਸ ਲਈ ਲੱਭ ਲੱਭ ਕੇ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਨੇ ਸਿੱਖ ਮਾਰੇ ਆ ਉਹ ਗੱਲਾਂ ਛੱਡੋ ਹੁਣ ਦੇਖ ਲੋ ਆ ਚਾਪ ਬਲੂਸ ਇਦਾਂ ਦੇ ਆ ਬੰਦਾ ਦਰਬਾਰ ਸਾਹਿਬ ਫੋਟੋ ਆ ਵਾਲੀ ਪਾ ਕੇ ਗਿਆ ਸੀਗਾ ਇਹਦਾ ਕੀ ਨਾ ਕਮਲਜੀਤ ਗਿੱਲ ਦੇਖ ਲਓ ਬਾਈ ਜੀ ਚਾਵ ਨੂੰ ਸੋ ਤੇਰੇ ਘਰੇ ਕੋਈ ਮਰਿਆ ਹੁੰਦਾ ਫੇ ਤੈਨੂੰ ਪਤਾ ਲੱਗਦਾ ਹੁਣ ਚਲੋ ਸਿੱਖਾਂ 'ਚ ਤਾਂ ਅੱਗ ਨਾਲ ਸਾੜਦੇ ਆ ਜਿੱਦਾਂ ਮੁਸਲਮਾਨਾਂ 'ਚ ਦਬਾਉਂਦੇ ਆ ਜੇ ਤੇਰੇ ਘਰ ਦੇਆਂ ਨੂੰ ਕਿਤੇ ਦਫਨਾਇਆ ਹੁੰਦਾ ਉੱਥੇ ਜਾ ਕੇ ਮੈਂ ਭੰਗੜਾ ਪਾਉਣਾ ਸੀਗਾ ਜਿਨੇ ਮਾਰਿਆ ਉਹਦੀ ਜਰਸੀ ਪਾ ਕੇ ਫੇਰ ਦੱਸਦਾ ਕਿਦਾਂ ਦਾ ਫੀਲ ਹੁੰਦਾ ਤੋ ਸਾਲੋ ਥੋੜੀ ਜੀ ਸ਼ਰਮ ਵੀ ਕਰ ਲਓ ਇਨਸਾਨੀਅਤ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ ਆ ਪਾਪੀ ਜਗਦੀਸ਼ ਟਾਈਟਲਰ ਦੀਆਂ ਫੋਟੋਆਂ ਪਾਲ ਲੈ ਕੇ ਸਪੈਸ਼ਲ ਦਰਬਾਰ ਸਾਹਿਬ ਗਿਆ ਸੀ ਇਸੀ ਟੀ-ਸ਼ਰਟ 'ਚ ਵੀ ਸਿੱਖਾਂ ਦੇ ਜ਼ਖਮ ਤੇ ਲੂਣ ਛਿੜਕਣ ਨੂੰ ਇੰਨੀ ਚਾਪਲੂ ਸੀ ਯਾਰ ਇੰਨੀ ਚਾਪਲੂ ਸੀ ਆ ਦੇਖ ਲਓ ਆ ਬੰਦੇ ਦਾ ਨਾ ਕੀ ਨਾਂ ਆ ਇਹਦਾ ਕਮਲਜੀਤ ਗੇਲਾ ਜੋ ਵੀ ਹੈ ਚਾ ਬਲੂਜ਼ ਇਕੱਠੇ ਪਈਏ ਥੋੜਾ ਹੁਣ ਵੀ ਸਿਰ ਤੇ ਪੱਗ ਸਜਾ ਲਈ ਜਾਂ ਦਾੜੀ ਰੱਖ ਲਈ ਉਹ ਸਿੱਖ ਬਣ ਕੇ ਆਇਆ ਸੋ ਭਰਾਵੋ ਉਹੀ ਮੈਂ ਕਹਿਣਾ ਹੁੰਨਾ ਪਛਾਣੋ ਗੱਦਾਰਾਂ ਨੂੰ ਚਿਹਰਿਆਂ ਤੇ ਨਾ ਜਾਇਆ ਕਰੋ ਪਈ ਹਲਾ ਉਹ ਜਿਹੜਾ ਉਹ ਕਹਿੰਦਾ ਚਿੰਦੀ ਜਸਵਾਲ ਤੂੰ ਗੰਜਾ ਹੈ ਤੂੰ ਗੰਜਾ ਹੈ ਹਨਾ ਸੋ ਬਾਈ ਜੀ ਹੁਣ ਲੋਕ ਮੂਰਖ ਨਹੀਂ ਗਏ ਪਈ ਤੁਹਾਡੇ ਚਿਹਰਿਆਂ ਤੇ ਮਰ ਜੂਗੇ ਪਈ ਬਾਈ ਜੀ ਨੇ ਤਾਂ ਦਸਤਾਰ ਸਜਾਈ ਉਹ ਦਾੜੀ ਰੱਖੀ ਉਹ ਇੰਦਾ ਹੋਰ ਦਿਖਾਉਣਾ ਤੁਹਾਨੂੰ ਕਿੱਥੇ ਕਿੱਥੇ ਸਿੱਖਾਂ ਨੂੰ ਮਾਰਿਆ ਗਿਆ ਸੀਗਾ ਕੱਲੇ ਦਿੱਲੀ ਚ ਨਹੀਂ ਦੇਖ ਸਕਦੇ ਆ ਇਹ ਸਾਰੀਆਂ ਸਟੇਟਾਂ 'ਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ 84 'ਚ 30 ਹਜ਼ਾਰ ਤੋਂ ਵੱਧ ਸਿੱਖਾਂ ਨੂੰ ਮਾਰਿਆ ਗਿਆ ਸੋ ਆ ਦੇਖ ਸਕਦੇ ਆ ਇਹ ਸਟੇਟਾਂ ਹੀ ਸੀ ਪੰਜਾਬ ਬਚ ਗਿਆ ਸੀ ਇਧਰ ਅਸਾਮ ਵਾਲੀ ਸਾਈਡ ਸੀ ਤੇ ਇਧਰ ਹਨਾ ਤਾਮਲ ਲੱड्डੂ ਵਾਲੀ ਸਾਈਡ ਹਨਾ ਸੋ ਇਹ ਤਾਮਲ ਲੱड्डੂ ਤਾਂ ਐਂਡ 'ਚ ਆਉਂਦਾ ਸੋ ਬਾਕੀ ਦੇਖ ਸਕਦੇ ਆ ਕਿੱਥੇ-ਕਿੱਥੇ ਸਿੱਖਾਂ ਨੂੰ ਮਾਰਿਆ ਗਿਆ ਆ ਦੇਖ ਲਓ ਸਾਰੀਆਂ ਸਟੇਟਾਂ ਸਨ 84 'ਚ 18 ਸਟੇਟਸ 18 ਖਾਰਾ ਦੇਖ ਸਕਦੇ ਆ ਸਾਰਿਆਂ ਦੇ ਨਾਮ ਲਿਖਿਓ ਆ ਇੱਥੇ ਇੱਥੇ ਉਸ ਸਮੇਂ ਤਰੀਕ ਵੀ ਲਿਖਿਓ ਆ ਅਕਤੂਬਰ 31 ਜਦੋਂ ਇੰਦਰਾ ਪਾਪਨ ਮਰੀ ਸੀ 4 ਨਵੰਬਰ ਤੱਕ ਸਾਰੇ ਦੇਸ਼ 'ਚ ਕਤਲੇਆਮ ਹੋਇਆ ਸੀਗਾ ਸੋ ਦਿੱਲੀ 'ਚ ਜ਼ਿਆਦਾ ਹੋਇਆ ਸੀ ਇਸ ਲਈ ਦਿੱਲੀ ਦਾ ਕਿਹਾ ਜਾਂਦਾ ਦੰਗੇ ਦੰਗੇ ਨਹੀਂ ਕਤਲੇਆਮ ਤੇ ਹੋਰ ਤੁਹਾਨੂੰ ਤਸਵੀਰਾਂ ਦਿਖਾਉਣਾ ਸੋ ਆ ਦੇਖ ਲਓ ਬਾਈ ਜੀ ਸੋ ਕਿਉਂਕਿ ਫੇਸਬੁੱਕ ਦੀਆਂ ਆ ਦੇਖ ਲਓ ਸਿੱਖ ਵੀਰਾਂ ਕੋਈ ਹਨਾ ਗਾਲੇ ਚ ਟਾਇਰ ਵਾ ਕੇ ਮਾਰਿਆ ਆ ਅੱਗ ਲੱਗੀ ਉਹਦਾ ਸਰੀਰ ਝੁਲਸ ਰਿਹਾ ਆ ਸੋ ਉਹ ਦੇਖੋ ਭੀੜ ਹੱਥਾਂ 'ਚ ਹਥਿਆਰ ਲੈ ਕੇ ਤੇਲ ਦੀਆਂ ਕੰਨੀਆਂ ਇਹ ਸੱਚੀਆਂ ਚੀਜ਼ਾਂ ਆ ਇਹ ਕੋਈ ਫਿਲਮੀ ਦ੍ਰਿਸ਼ ਨਹੀਂ ਗਾ ਇਹ ਸੱਚ 'ਚ ਹੋਇਆ ਸਭ ਨੂੰ ਪਤਾ ਆ ਤੇ ਅਜੇ ਵੀ ਕਾਂਗਰਸ ਦੇ ਚਾਪਲੂਸੀ ਕਰਦੇ ਆ ਉਹ ਬੱਲੇ ਉਹ ਤੁਹਾਡੇ ਤੇ ਆ ਦੇਖ ਸਕਦੇ ਆ ਜਨਰਲ ਬੈਦਿਆ ਪਾਪੀ ਸ਼ਾਹਿੰਦਰਾ ਗਾਂਧੀ ਜਦੋਂ ਗੱਡੀ ਚਾੜੀ ਸੀ ਬੈਦਿਆ ਪਾਪੀ ਨੂੰ ਵੀ ਮਾਰਦਾ ਸੀ ਯਾਰ ਸੁੱਖੇ ਜਿੰਦੇ ਬਾਰੇ ਜ਼ਰੂਰ ਪੜਿਓ ਯਾਰ ਉਹਨਾਂ ਦੀਆਂ ਚਿੱਠੀਆਂ ਜੇਲ੍ਹ ਦੀਆਂ ਚਿੱਠੀਆਂ ਪੜਿਓ ਜ਼ਰੂਰ ਇੱਕ ਵਾਰੀ ਉਹ ਬੰਦੇ ਯਾਰ ਆਮ ਨਹੀਂ ਸੀਗੇ ਉਹ ਨਹੀਂ ਆਮ ਸੀਗਾ ਹਨਾ ਲਾਈਕ ਅੰਗਰੇਜ਼ੀ ਜੀ ਜਿਹਨੂੰ ਕਹਿੰਦੇ ਲੂਕਨ ਦੇ ਖੜੇ ਹੋ ਜਾਂਦੇ ਹੱਥਾਂ ਦੇ ਹਨਾ ਵੀ ਯਾਰ ਅੱਛਾ ਜੀ ਇਦਾਂ ਦੇ ਇਨਸਾਨ ਵੀ ਦੁਨੀਆ ਤੇ ਆਏ ਆ ਜ਼ਰੂਰ ਪੜਿਓ ਮੇਰੇ ਕਹਤੇ ਇੱਕ ਵਾਰੀ ਬੱਚਿਆਂ ਨੂੰ ਕਹੋ ਵੀ ਪੜੋ ਸੁੱਖੇ ਜ਼ਿੰਦੇ ਦੀਆਂ ਚਿੱਠੀਆਂ ਆਨਲਾਈਨ ਮਿਲ ਜਾਣਾ ਸਾਰਾ ਕੁਝ ਉਹ ਸੂਰ ਮੇ ਯਾਰ ਸਿਰ ਝੁਗਦਾ ਉਹਨਾਂ ਅੱਗੇ ਸੋ ਇਹ ਜੀ ਇੰਦਰਾ ਗਾਂਧੀ ਜਨਰਲ ਬੈਦਿਆ ਹਾ ਰਜੀਵ ਗਾਂਧੀ ਤੇ ਇੰਦਰਾ ਗਾਂਧੀ ਦਾ ਚੌਥਾ ਪੁੱਤ ਅਮਤਾਬ ਬੱਚਨ ਸੋ ਦੇਖ ਸਕਦੇ ਆ ਇਹ ਵੀ ਲੋਕ ਸਭਾ ਜਿੱਤਿਆ ਸੀ ਕਾਂਗਰਸ ਲੋ ਸੋ ਵੀ ਖਾਸ ਮਖਾਸ ਸੀ ਇਹ ਵੀ ਸਿੱਖਾਂ ਦਾ ਬੈਰੀ ਆ ਸ਼ੁਰੂ ਤੋਂ ਤੇ ਕਈ ਸਿੱਖ ਵੀਰ ਭਰਾ ਆਪਣੇ ਬਹੁਤ ਹੀ ਦੇ ਕੱਟੜ ਪ੍ਰਸ਼ੰਸਗਿਆ ਚਲੋ ਕੀ ਕਹਿ ਸਕਦੇ ਆ ਹਾਂਜੀ ਸੋ ਇਦਾਂ ਹੀ ਆ ਗੱਲ ਤਾਂ ਉਹੀ ਆ ਹੈਨਾ ਸੋ ਹੋਰ ਦਿਖਾਉਣੇ ਤੁਹਾਨੂੰ ਸੋ ਇਹ ਦੇਖ ਸਕਦੇ ਆ ਕਦਾ ਖੁਸ਼ ਹੁੰਦੇ ਦੋਏ ਪਾਪੀ ਟਾਈਟਲਰ ਤੇ ਸੱਜਣ ਕੁਮਾਰ ਦੇਖ ਲਓ ਹੈ ਹੋਰ ਦਿਖਾਉਣਾ ਤਸਵੀਰ ਸੋ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੇ ਇੱਕ ਗੱਲ ਆ ਬਾਈ ਜੀ ਆਪਾਂ ਨੂੰ ਆ ਆਪਾਂ ਕਿਸੇ ਭਾਈਚਾਰੇ ਦਾ ਨਾਂ ਨਹੀਂ ਲਿਆ Hindu ਭਾਈਚਾਰੇ ਆਪਾਂ ਨੂੰ ਬਹੁਤ ਸੁਣਦਾ ਪੰਜਾਬ ਚ ਥੈਂਕ ਯੂ ਸਭ ਦਾ ਇਹ ਗੱਲ ਛੋਟੇ ਹੁੰਦਿਆਂ ਤੋਂ ਮੈਂ ਵੀ ਸੁਣਦਾ ਆ ਵੀ 35000 ਤੋਂ ਵੱਧ Hindu ਭਾਈਚਾਰੇ ਦੇ ਵੀਰ ਸਿੱਖਾਂ ਨੇ ਮਾਰੇ ਆ ਸੋ ਵੀਰ ਫੇਰ ਰਿਕੁਐਸਟ ਕਰਦਾ ਅੱਗੇ ਵੀ ਕੀਤੀ ਸੀ ਸੋ ਰਿਕੁਐਸਟ ਕਰਦਾ ਬਾਈ ਜੀ ਕੋਈ ਮੈਨੂੰ ਸਾਈਟ ਦੱਸ ਦੋ ਜਿੱਥੋਂ ਪਤਾ ਲੱਗ ਸਕੇ ਕਿ ਕਿਹੜੇ ਸ਼ਹਿਰ ਚ ਕਿਹੜੇ ਪਿੰਡ ਚ ਕਿੰਨੇ ਮਾਰੇ ਸੀ ਉਹਨਾਂ ਦੇ ਨਾਂ ਦੱਸ ਦੋ ਨਹੀਂ ਤਾਂ ਮੈਂ ਦੱਸ ਦਿੰਦਾ ਇੱਕ ਸਾਈਟ ਆ ਇਨਸਾਫ.org ਤੇ ਜਾਇਓ E N S W A F ਇਨਸਾਫ ਉਹ ਮੈਂ ਤੁਹਾਨੂੰ ਲਿੰਕ ਪਾਈ ਦਊਂ ਆਪਣੇ ਟੈਲੀਗ੍ਰam ਚ ਉੱਚਾ ਬਾਈ ਜੀ ਇਹਨੂੰ ਡਾਟਾ ਲੈਂਦਾ ਆ ਪੰਜਾਬ ਚ ਕਿੰਨੇ ਮੁੰਡੇ ਮਰੇ ਇਕੱਲੇ ਇਕੱਲੇ ਮੁੰਡੇ ਦਾ ਨਾਂ ਉਹਨਾਂ ਦੇ ਪਿਤਾ ਜੀ ਦਾ ਨਾਂ ਉਹਨਾਂ ਦੇ ਪਿੰਡ ਦਾ ਨਾਂ ਤੇ ਕਿੱਦਾਂ ਉਹਨਾਂ ਨੂੰ ਮਾਰਿਆ ਗਿਆ ਸਾਰਾ ਹੀ ਡਾਟਾ ਤੁਸੀਂ ਦੇਖ ਸਕਦੇ ਆ سوشل میڈیا ਤੇ ਸਾਰੇ ਕੁਝ ਪਿਆ ਦੇਖ ਸਕਦੇ ਬਾਈ ਜੀ ਕਿੱਥੇ ਸੋਹਣਾ ਪੰਜਾਬ ਚ ਇਦਾਂ ਦੇ ਸਰੋਂ ਦੇ ਖੇਤਾਂ ਦੇ ਫੁੱਲ ਹੁੰਦੇ ਸੀ ਸਰੋਂ ਦੇ ਤੇ ਕਿੱਥੇ ਜਿਹੜੇ ਤੁਸੀਂ ਬਿੰਦੀਆਂ ਦੇਖ ਰਹੇ ਪੀਲੀਆਂ ਪੀਲੀਆਂ ਇੱਥੇ ਇੱਥੇ ਮਾਰਿਆ ਗਿਆ ਆਪਣੇ ਪੰਜਾਬੀ ਮੁੰਡਿਆਂ ਨੂੰ ਹਨਾ ਚੱਕ ਚੱਕ ਕੇ ਝੂਠੇ ਮੁਕਾਬਲੇ ਬਣਾ ਕੇ ਸੋ ਇਹ ਦੇਖ ਸਕਦੇ ਮਾਝਾ ਏਰੀਆ ਦੇਖ ਸਕਦੇ ਸਭ ਤੋਂ ਵੱਧ ਮੁੰਡੇ ਆਪਣੇ ਮਾਝੀ ਏਰੀਏ ਚ ਮਾਰੇ ਗਏ ਸੀਗੇ ਇਹ ਦੇਖ ਸਕਦੇ ਆ ਕਿੰਦਾਂ ਕਿੰਨਾ ਜ਼ਿਆਦਾ ਹੋਣਾ ਇੱਧਰ ਤਾਂ ਥੋੜਾ ਬਿਰਲ ਹੈਗਾ ਬੇ ਉਹ ਹੈਗਾ ਹਨਾ ਸੋ ਇਹ ਦੇਖ ਸਕਦੇ ਹੋ ਮਾਲਵਾ ਦੁਆਬਾ ਤੇ ਮੱਝ ਏਰੀਆ ਦੇ ਸਭ ਤੋਂ ਵੱਧ ਮੁੰਡਿਆਂ ਦੇ ਝੂਠੇ ਮੁਕਾਬਲੇ ਕਰਕੇ ਮਾਰੇ ਗਏ ਸੀ ਮੈਂ ਤੁਹਾਨੂੰ ਵੈਬਸਾਈਟ ਦੱਸੂਗਾ ਸਾਰੇ ਤੁਸੀਂ ਕਿਹੜਾ ਜ਼ਿਲ੍ਹਾ ਕਿਹੜੀ ਤਹਿਸੀਲ ਕਿਹੜਾ ਪਿੰਡ ਕੀ ਇਥੋਂ ਕੋਈ ਮਾਰਿਆ ਗਿਆ ਕਿੱਦਾਂ ਮਾਰਿਆ ਗਿਆ ਕਿੰਨੀ ਉਮਰ ਸੀ ਮੇਲ ਸੀ ਫੀਮੇਲ ਸੀ ਬਹੁਤ ਮਿਹਨਤ ਨਾਲ ਯਾਰ ਮੁੰਡਿਆਂ ਨੇ ਵੈਬਸਾਈਟ ਇਹ ਤਿਆਰ ਕੀਤੀ ਆ ਐਵੇਂ ਤੁਹਾਨੂੰ ਦੱਸੂਗਾ ਹਨਾ ਜੀ ਐਨਐਸਡਬਲਯੂਐਫ ਇਨਸਾਫ.org ਸੋ ਦੇਖ ਸਕਦੇ ਆ ਹਾਂਜੀ ਸੋ ਹੋਰ ਦਿਖਾਉਨੇ ਆ ਤਸਵੀਰਾਂ ਤੁਹਾਨੂੰ ਸੋ ਬਾਈ ਸ਼ੇਰ ਸਬ ਤੱਕ ਕਰਿਓ ਹਨਾ ਸੋ ਪਚਾਇਓ ਸਬ ਤ ਵਹਿ ਗਾਂਧੀ ਪਰਿਵਾਰ ਦੇ ਕੰਮੇ ਛਿੱਤਰਾਂ ਵਾਲੇ ਸੀ ਸ਼ੁਰੂ ਤੋਂ ਹੀ ਨਹੀਂ ਖਾਣੇ ਛਿੱਤਰ ਆ ਇੰਦਰਾ ਗਾਂਧੀ ਦੀਆਂ ਨਾਸਾਂ ਪਨਾਈ ਫਿਰਦੀ ਸੀ ਅੜੀਸਾ ਚ ਹੈ ਫਿਰ ਲਗਾਉਂਦੀ ਫਿਰਦੀ ਸੀਗੀ ਹਨਾ ਵੀ ਕੰਮੇ ਤੁਸੀਂ ਚੰਗੇ ਕਰ ਲਓ ਕਾਨੂੰ ਛਿੱਤਰ ਖਾਣ ਵਾਲੇ ਕੰਮ ਕਰਦੇ ਆ ਫੇ ਲਗਾਉਂਦੀ ਫੇਰਦੀ ਸੀ ਨਾਸਾਂ ਬਣਾ ਕੇ ਪੋਤੀ ਦਾ ਜੀਵ ਗਾਂਧੀ ਆ Sri Lanka ਦੇ ਛੱਤਰ ਖਾ ਕੇ ਆਇਆ ਸੀਗਾ ਉਹ ਬੰਦੇ ਨੇ ਗੋਲੀ ਨਹੀਂ ਥੀ ਚਲਾਈ ਪੁੱਠੀ ਮਾਰੀ ਸੀਗੀ ਹਨਾ ਸੋ ਦੇਖ ਸਕਦੇ Sri Lanka ਦੀ ਤਸਵੀਰ ਕੋ ਐਡਿਟ ਕੀਤੀ ਤਸਵੀਰ ਨਹੀਂ ਇਹਦੀ ਵੀ YouTube ਤੇ ਤੁਸੀਂ ਵੀਡੀਓ ਦੇਖ ਸਕਦੇ ਆ ਉਹ ਪਿੱਛੇ ਰੈਫਰੀ ਬਣਿਆ ਦੇਖਣ ਡਿਆ ਵੀ ਆਫਸਾਈਡ ਆ ਕਿ ਗੋਲ ਹੋ ਗਿਆ ਦੇਖ ਲਓ ਹੈ ਆ Sri Lanka ਜੀ ਦੇ ਮਾਰੀ ਸੀਗੀ ਜਰਜੀਵ ਗਾਂਧੀ ਦੇ ਸੋ ਛੱਤਰ ਖਾਣ ਵਾਲੇ ਕੰਮ ਤਾਂ ਇਹਨਾਂ ਦਾ ਪਰਿਵਾਰ ਸ਼ੁਰੂ ਤੋਂ ਕਰਦਾ ਰਿਹਾ ਫੇ ਛੱਤਰ ਹੀ ਪਾਣੇ ਸੀਗੇ ਸੋ ਜਾਂਦਾ ਜਾਂਦਾ ਦੋ ਤਸਵੀਰਾਂ ਹੋਰ ਦਿਖਾਉਣਾ ਤੁਹਾਨੂੰ ਕਿਹੜੇ-ਕਿਹੜੇ ਪਾਪੀ ਸੀਗੇ ਉਸ ਸਮੇਂ 84 ਬਿਲ ਇਹਨਾਂ ਦੀ ਪੂਰੀ ਲਿਸਟ ਮੈਂ ਸਪੈਸ਼ਲ ਵੀਡੀਓ ਪਾਉਂਗਾ ਵੀ ਪੂਰੀ ਲਿਸਟ ਮੈਂ ਲੱਭ ਕੇ ਲਿਆ ਆ ਸੋ ਸਭ ਤਾਂ ਕੇ ਪਹੁੰਚਣੀ ਚਾਹੀਦੀ ਆ ਸਾਰਾ ਕੁਝ ਲਿਖਿਆ ਆ ਸੱਜਣ ਕੁਮਾਰ ਲਲਿਤ ਮਾਕਨ ਜੋ ਵੀ ਆ ਵੀ ਕਿਹੜੇ ਇਲਾਕੇ 'ਚ ਐਮਪੀਸੀ ਐਮਐਲਏ ਸੀ ਕੀ ਕੀਤਾ ਕਿੰਨੀ ਭੀੜ ਲੈ ਕੇ ਗਏ ਕਿੰਨੀਆਂ ਬੋਤਲਾਂ ਲਿਆਂਦੀਆਂ ਤੇਲ ਦੀਆਂ ਸਾਰੇ ਹੀ ਕੁਸ਼ ਆ ਇਹ 5-7 ਹੀ ਨਾ ਆ 100 ਤੋਂ ਵੱਧ ਨਾ ਮੈਂ ਤੁਹਾਨੂੰ ਸ਼ੋਅ ਕਰੂੰਗਾ ਦੇਖ ਲਿਓ ਹਨਾ ਵੀ ਆ ਡਾਕਟਰ ਅਸ਼ੋਕ ਕੁਮਾਰ ਕਲਿਆਣਪੁਰੀ ਚ ਸੀ ਸੁਖ ਲਾਲ सूद ਹਨਾ ਇਹ ਸਾਰੇ ਈਸ਼ਵਰ ਸਿੰਘ ਹਨਾ ਮਿਊਂਸੀਪਲ ਕਾਰਪੋਰੇਸ਼ਨ ਦਾ ਮੈਂਬਰ ਤੇ ਫੈਜ਼ ਮੁਹੰਮਦ ਵੀ ਸੀ ਇੱਕ ਹਾਂਜੀ ਸੋ ਮੁਸਲਿਮ ਭਾਈਚਾਰੇ ਦੇ ਵੀ ਸੀ ਹੈਗੇ ਬਾਬਾਈ ਹਨਾ ਸੋ ਬਾਈ ਜੀ ਦੇਖ ਸਕਦੇ ਆ ਕਿਦਾਂ ਕਤਲਿਆਮ ਹੋਇਆ ਸੀ ਸੋ ਪਤਾ ਨਹੀਂ ਯਾਰ ਕਿਉਂ ਮਤਲਬ ਗਾਂਧੀ ਪਰਿਵਾਰ ਦੀ ਇੰਨੀ ਚਾਪਲੂਸੀ ਕਰਦੇ ਆ ਮੈਨ ਮੇਰੀ ਸਮਝੋਂ ਬਾਹਰ ਆ ਹਨਾ ਕਿਉਂਕਿ ਉਹਨਾਂ ਦਾ ਚਲੋ 84 ਜਿਹੜੇ ਦਿੱਲੀ 'ਚ ਮਰੇ ਤੇ ਬਾਕੀ ਪੰਜਾਬ 'ਚ ਜਿਹੜਾ ਕਤਲੇਆਮ ਹੋਇਆ ਇੰਨਾ ਹਨਾ ਸੋ ਪਤਾ ਨਹੀਂ ਯਾਰ ਇੰਨਾ ਹੀ ਨਹੀਂ ਕਤਲੇਆਮ ਕੀਤਾ ਤਾਂ ਤਾਂ ਵੀ ਪੰਜਾਬ 'ਚ ਇਹਨਾਂ ਨੂੰ ਵੋਟਾਂ ਪੈ ਜਾਂਦੀਆਂ ਮੇਰੀ ਸਮਝ ਤੋਂ ਤਾਂ ਬਾਹਰ ਆ ਭਰਾਵੋ ਹੈ ਸੋ ਜੇ ਕਿਸੇ ਨੂੰ ਦੱਸ ਸਕਦੇ ਆ ਵੀ ਕਿਉਂ ਇਹ ਜਿੱਤ ਵੀ ਜਾਂਦੇ ਜਿਹੜੀ ਵੀ ਸੀਟ ਕੁਝ ਵੀ ਜਿੱਤਦੇ ਆ ਤੇ ਕਿਉਂ ਜਿੱਤ ਜਾਂਦੇ ਆ ਮੇਰੀ ਸਮਝ ਤੋਂ ਬਾਹਰ ਆ ਦੱਸਿਓ ਜਰੂਰ ਤੇ ਵੀਡੀਓ ਸਾਰੇ ਪਾਸੇ ਸ਼ੇਅਰ ਕਰਿਓ ਜੀ ਇਹ ਪਰਿਵਾਰ ਨਹੀਂ ਕਿਸੇ ਦਾ ਸਗਾ ਇਹਨਾਂ ਨੂੰ ਵੋਟਾਂ ਨਾਲ ਹੀ ਆ ਸੋ ਇਹ ਭੁੱਲ ਜਾਓ ਤੁਸੀਂ ਵੀ ਹਨਾ ਵੀ ਮੈਂ ਬਹੁਤ ਜਗ੍ਹਾ ਪੜਿਆ ਪਈ ਉਹਦੀ ਦਾਦੀ ਦਾ ਕਸੂਰ ਸੀ ਇਹ ਤਾਂ ਵਿਚਾਰਾ ਬਹੁਤ ਚੰਗਾ ਆ ਇਹ ਤਾਂ ਇਦਾਂ ਆ ਉਹਦਾ ਆ ਇਹਦਾ ਕੋਈ ਕਸੂਰ ਨਹੀਂ ਇਹਨੂੰ ਬਖਸ਼ ਦੋ ਬਰਾਬਰ ਦਾ ਬਾਈ ਜੀ ਕਸੂਰਵਾ ਰਹੇ ਆ ਜਿਹੜਾ ਬੰਦਾ ਕਹਿੰਦਾ ਆ ਵੀ 84 ਚ ਕਾਂਗਰਸ ਦਾ ਹੱਥ ਹੀ ਨਹੀਂ ਸੀ ਉਹਨੀ ਮਾਫੀ ਸੁਵਾ ਮੰਗਣੀ ਆ ਉਹ ਤਾਂ ਮੰਨਦੇ ਹੀ ਨਹੀਂ ਵੀ ਕਾਂਗਰਸ ਨੇ ਸਿੱਖਾਂ ਮਾਫੀ ਤੁਸੀਂ ਕਿੱਥੋਂ ਪਾਲਦੇ ਏ ਨਾਲ ਕੋਲ ਸਹੀ ਆ ਨਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਸਭ ਨੂੰ ਰਿਕੁਐਸਟ ਆ ਜੀ ਲਿੰਕ ਪਾਉਣਾ ਹੁੰਦਾ ਉਹ ਜ਼ਰੂਰ ਕਲਿੱਕ ਕਰਦੇ ਹੋ ਤਾਂ ਜੋ ਇਦਾਂ ਹੱਕ ਸੱਚ ਦੀ ਆਵਾਜ਼ ਆਪਾਂ ਚੱਕਦੇ ਰਹੀਏ ਹਨਾ ਸੋ ਤੁਹਾਨੂੰ ਸਭ ਨੂੰ ਪਤਾ ਹੀ ਆ ਹਨਾ ਸੋ ਬਾਕੀ ਚੈਨਲ ਵਾਲਿਆਂ ਦੇ ਮੋਸਟਲੀ ਮੂੰਹ ਬੰਦ ਪੈਸੇ ਨਾਲ ਹੀ ਕਰਾਇਓ ਆ ਹਨਾ ਜਿਹੜੇ ਕਹਿੰਦੇ ਸੀ ਆਪਾਂ ਤੁਹਾਡੇ ਹੱਕਾਂ ਲਈ ਲੜਦੇ ਆ ਸਭ ਨੂੰ ਪਤਾ ਕਿੰਨਾ ਕ ਲੜਦੇ ਆ ਸੋ ਸਭ ਵਿਰੁੱਧ ਬੁਲੀ ਦਾ ਤੁਹਾਡੇ ਸਿਰ ਤੇ ਹੀ ਆ ਭਰਾਵੋ ਹਨਾ ਕਰਿਓ ਸ਼ੇਅਰ ਵੱਧੋ ਵੱਧ ਤੇ ਦੇਖ ਸਕਦੇ ਹੋ 131 ਸ਼ੇਅਰ ਹੋਇਆ ਜੇ ਪਚਾਓ ਘਰ ਘਰ ਸਾਰੀਆਂ ਵੀਡੀਓ ਦਾ ਲਿੰਕ ਪਾਇਆ ਨੀਲਾ ਜਿਹਾ ਜੇ ਨੀਲਾ ਜਿਹਾ ਨਹੀਂ ਸ਼ੋ ਹੁੰਦਾ ਚਿੱਟਾ ਜਿਹਾ ਸ਼ੋ ਹੁੰਦਾ ਆਪਣੇ ਤੌਰ ਤੇ ਕਿਸੇ ਬ੍ਰਾਊਜ਼ਰ ਚ ਹਨਾ ਸੋ ਆਪਣੇ ਤੌਰ ਤੇ ਸਰਚ ਕਰ ਲਿਆ ਕਰੋ ਹਣਾ hindiradio.ca.com ਨਹੀਂ hindiradio.ca ਇਦਾਂ ਭਰ ਕੇ ਇਦਾਂ ਓਪਨ ਹੋ ਜਾਣਾ ਜੀ ਤੇ ਆਹ ਲਓ ਜੀ ਉਹ ਐਡ ਜੇ ਕਿਸੇ ਦੇ ਇੱਕੋ ਹੀ ਐਡ ਹੁਣ ਮੈਂ ਦਿਖਾਈ ਆ ਬੋਟੀ ਜੀ ਰੋਜ਼ ਮੈਂ ਦਿਖਾ ਦਿੰਦੇ ਆ ਕੁਕੀਜ਼ ਕਲੀਅਰ ਕਰ ਦਿਆ ਕਰੋ ਫੋਨ ਦੀਆਂ ਫਿਰ ਐਡ ਚੇਂਜ ਹੋ ਜਾਣੀਆਂ ਹਣਾ ਸੋ ਦੇਖ ਸਕਦੇ ਆ ਇੱਥੇ ਕੀ ਕਰਨਾ ਹੁੰਦਾ ਕਲਿੱਕ ਕਰਨਾ ਲਓ ਜੀ ਐਡ ਦੋ ਤਿੰਨ ਐਡਾਂ ਆਉਂਦੀਆਂ ਇੱਕ ਮੇਰੇ ਸਿਰ ਤੇ ਇੱਕ ਆ ਸਿਰੇ ਤੇ ਆ ਲਓ ਜੀ ਇੰਨਾ ਕੰਮ ਆ ਕਰਦਿਆ ਕਰੋ ਜੀ ਫਾਈਨੈਂਸ਼ਲੀ سپورਟ ਹੋ ਜਾਂਦੀ ਆ ਸੋ ਰਾਣਾ ਰਣਵੀਰ ਭਾਜੀ ਦਾ ਐਪਸ ਫੋਰ ਅੱਜ ਸ਼ੋਅ ਦੇਖਣ ਜਾ ਰਹੇ ਆਂ ਸ਼ਾਮ ਨੂੰ ਉੱਥੋਂ ਫੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਕਈ ਮੈਸੇਜ ਆਇਆ ਵੀ ਭਾਜੀ ਇੱਕੋ ਹੀ ਐਡ ਆਉਂਦੀ ਆ ਸੋ ਕੁਕੀਜ਼ ਕਲੀਅਰ ਤੁਹਾਨੂੰ ਪਤਾ ਹੀ ਹੋਣਾ ਕਿੱਦਾਂ ਕਰੀਦੀਆਂ ਆ ਹਨਾ ਕੁਕੀਜ਼ ਕਲੀਅਰ ਕਰ ਦਿਓ ਹਨਾ ਫੇਰ ਐਡ ਚੇਂਜ ਹੋ ਜਾਣੀ ਮੈਂ ਵੀ ਇਹਦੇ ਫੋਨ ਦੀਆਂ ਕਰਾਂ ਓਕੇ ਸਾਰਾ ਸਸ਼੍ਰੀਕਾਲ ਵੱਧੋ ਵੱਧ ਸ਼ੇਅਰ ਕਰਿਓ ਭੇਡਾਂ ਦਾ ਗਾਲ ਹਿੰਦੀ ਜਸਵਾਲ ਭੇਡਾਂ ਭਾਵੇਂ મોદી ਦੀਆਂ ਹੁਣ ਭਾਵੇਂ ਗਾਂਧੀ ਦੀਆਂ ਹੁਣ ਭੇਡਾਂ ਦੀ ਇਦਾਂ ਹੀ ਕਰਾਈ ਜਾਵਾਂ ਫੇਰ ਅੱਜ ਮੋਦੀ ਕਰ ਕਰ ਮੋਦੀ ਨਹੀਂ ਮੋਦੀ ਕਿੱਥੋਂ ਆ ਗਿਆ ਗਰਗਰ ਗਾਂਧੀ ਗਰਗਰ ਗਾਂਧੀ ਪੱਠੇ ਪੁੱਠੇ ਚੱਚਰ ਗਾਂਧੀ ਗਾਂਧੀ ਦੀਆਂ ਭੇਡਾਂ ਦਾ ਕਾਲ ਇੰਦੀ ਜਸਵਾਲ ਗਾਂਧੀ ਦੇ ਬੱਕਰੀ ਰੱਖੀ ਸੀ ਨਰਮਲਾ ਹੁਦੈ ਵੀ ਦੱਸਾਂਗੇ ਓਕੇ ਜੀ ਸ਼ੁਕਰੀਆ ਸ਼ੇਅਰ ਕਰਿਓ ਤੇ ਕਲਿੱਕ ਜ਼ਰੂਰ ਕਰ ਦਿਓ ਯਾਰ ਸ਼ੁਕਰੀਆ